ਅਸਲਾਮੁਅਲੈਕਮ ਜੀ, ਪੰਜਾਬ ਪੀਕੇ ਦੀ ਟੀਮ ਵੱਲੋਂ ਖੁਸ਼ ਆਮਦੀਦ। ਕੀ ਹਾਲ ਚਾਲ ਹੈ? ਠੀਕ ਠਾਕ ਹੋ? ਰਾਜ਼ੀ ਹੋ? ਖੁਸ਼ ਹੋ? ਸਿਹਤਾਂ ਤਬੀਅਤਾਂ ਠੀਕ ਨੇ? ਅੱਜ ਅਸੀਂ ਮੌਜੂਦ ਹਾਂ ਜੀ ਇੱਕ ਡੇਰੇ ਦੇ ਉੱਪਰ, ਔਰ ਤੁਸੀਂ ਮੇਰੇ ਪਿੱਛੇ ਵੇਖ ਸਕਦੇ ਹੋ ਕਿ ਸੋਲਰ ਪੈਨਲ ਦਾ ਸਿਸਟਮ ਲੱਗਾ ਹੈ, ਔਰ ਇਹਦੇ ਨਾਲ ਜਿਹੜਾ ਨਾ ਉਹ ਟਿਊਬਵੈੱਲ ਚੱਲ ਰਿਹਾ। ਅੱਜ ਅਸੀਂ ਤੁਹਾਨੂੰ ਇਨਫੋਰਮੇਸ਼ਨ ਦਾਂਗੇ ਕਿ ਇਹ ਜਿਹੜਾ ਸਾਰਾ ਸੈਟਅਪ ਲੱਗਾ ਹੈ ਇਹ ਕਿੰਨੇ ਦਾ ਲੱਗਾ ਹੈ, ਔਰ ਇਹਦਾ ਕਿੰਨਾ ਫਾਇਦਾ ਹੈ, ਕਿੰਨਾ ਨੁਕਸਾਨ ਹੈ, ਔਰ ਕਿਸਾਨਾਂ ਨੂੰ ਜਿਹੜਾ ਉਹ ਇਹ ਲਾਉਣਾ ਚਾਹੀਦਾ ਜਾਂ ਨਹੀਂ ਲਾਉਣਾ ਚਾਹੀਦਾ। ਤੁਹਾਨੂੰ ਪਤਾ ਹੈ ਕਿ ਪਾਕਿਸਤਾਨ ਦੇ ਵਿੱਚ ਬਿਜਲੀ ਜਿਹੜੀ ਉਹ ਤਾਂ ਆਉਂਦੀ ਨਹੀਂ, 24 ਘੰਟਿਆਂ 'ਚ ਤਕਰੀਬਨ 12 ਘੰਟੇ ਬਿਜਲੀ ਜਿਹੜੀ ਹੈ ਨਾ ਉਹ ਬੰਦ ਰਹਿੰਦੀ ਹੈ, ਔਰ ਅਗਰ ਆਉਂਦੀ ਹੈ ਉਹ ਬਹੁਤ ਜ਼ਿਆਦਾ ਮਹਿੰਗੀ ਹੈ, ਉਹ ਆਮ ਕਿਸਾਨ ਅਫੋਰਡ ਨਹੀਂ ਕਰ ਸਕਦਾ। ਇਸ ਵਾਸਤੇ ਇਹ ਸੋਲਰ ਪੈਨਲ ਜਿਹੜਾ ਇਹ ਕਿਉਂ ਜ਼ਰੂਰੀ ਹੈ, ਔਰ ਇਹਦੇ 'ਤੇ ਤੁਸੀਂ ਟਿਊਬਵੈੱਲ ਚਲਾ ਸਕਦੇ ਹੋ, ਆਪਣੀ ਮੋਟਰਾਂ ਚਲਾ ਸਕਦੇ ਹੋ, ਔਰ ਆਪਣੇ ਖੇਤਾਂ ਨੂੰ ਪਾਣੀ ਲਾ ਸਕਦੇ ਹੋ। ਇਹ ਇੱਕ ਬਹੁਤ ਅੱਛਾ ਕਿਸਾਨਾਂ ਦਾ ਫੈਸਲਾ। ਉਸ ਤੋਂ ਬਾਅਦ ਤੁਸੀਂ ਵੇਖੋ ਕਿ ਡੀਜ਼ਲ ਜਿਹੜਾ ਉਹ ਵੀ ਬਹੁਤ ਮਹਿੰਗਾ, ਡੀਜ਼ਲ ਵੀ 270-275 ਰੁਪਏ ਲੀਟਰ ਹੈ ਇਸ ਟਾਈਮ, ਔਰ ਅਫੋਰਡ ਕਰਨਾ ਕਿਸਾਨਾਂ ਵਾਸਤੇ ਉਹ ਵੀ ਬਹੁਤ ਮੁਸ਼ਕਿਲ ਹੈ। ਇਸ ਵਾਸਤੇ ਸੋਲਰ ਪੈਨਲ ਜਿਹੜਾ ਇਹ ਤੁਹਾਨੂੰ ਪਤਾ ਹੈ ਕਿ ਸੂਰਜ ਜਦੋਂ ਸੁਬਹ ਨੂੰ ਥਰੂ ਹੋਣਾ ਉਦੋਂ ਤੋਂ ਲੈ ਕੇ ਸੂਰਜ ਗਰੂਪ ਹੋਣ ਤੱਕ ਤੁਸੀਂ ਇਹਨੂੰ ਇਸਤੇਮਾਲ ਕਰ ਸਕਦੇ ਹੋ, ਸਾਰਾ ਦਿਨ ਤੁਸੀਂ ਆਪਣਾ ਜਿਹੜਾ ਨਾ ਖੇਤਾਂ ਨੂੰ ਪਾਣੀ ਲਾ ਸਕਦੇ ਹੋ। ਉਸ ਤੋਂ ਬਾਅਦ ਕਿਸਾਨ ਜਿਹੜੇ ਨੇ ਉਹ ਇਹਨੂੰ ਫਸਲਾਂ 'ਚ ਪਾਣੀ ਲਾਉਣ ਤੋਂ ਬਾਅਦ ਇਹਨਾਂ ਨੂੰ ਆਪਣੇ ਘਰ ਲੈ ਜਾਂਦੇ ਨੇ। ਠੀਕ ਹੈ, ਇਹਨਾਂ ਨੇ ਇਸ ਤਰ੍ਹਾਂ ਦਾ ਸਿਸਟਮ ਬਣਾਇਆ, ਤੁਹਾਨੂੰ ਵਿਖਾਉਂਦੇ ਹਾਂ, ਜਿਸ ਤਰ੍ਹਾਂ ਟਰਾਲੀ ਥੱਲੇ ਵੀਲ ਲਾਏ ਨੇ, ਠੀਕ ਹੈ, ਉਹ ਟਰੈਕਟਰ ਦੇ ਨਾਲ ਆਪਣੇ ਘਰ ਲੈ ਜਾਂਦੇ ਨੇ, ਔਰ ਬਿਜਲੀ ਜਿਹੜੀ ਹੈ ਨਾ ਉਹ ਆਪਣੇ ਘਰ ਵੀ ਇਸਤੇਮਾਲ ਕਰ ਸਕਦੇ ਨੇ ਸੋਲਰ ਪੈਨਲ ਦੇ ਨਾਲ। ਅਤੇ ਆਓ ਚੱਲਦੇ ਹਾਂ, ਤੁਹਾਨੂੰ ਵਿਖਾਉਂਦੇ ਹਾਂ। ਇਹ ਵੇਖੋ ਜੀ, ਇਹ ਥੱਲੇ ਸਾਰਾ ਜਿਸ ਤਰ੍ਹਾਂ ਇੱਕ ਟਰਾਲੀ ਦਾ ਸਿਸਟਮ ਹੁੰਦਾ, ਥੱਲੇ ਜਿਹੜਾ ਨਾ ਉਹ ਵੀਲ ਲੱਗੇ ਨੇ, ਠੀਕ ਹੈ, ਔਰ ਟਰੈਕਟਰ ਦੇ ਨਾਲ ਜਿਹੜਾ ਨਾ ਇਹ ਜਿੱਥੇ ਮਰਜ਼ੀ ਲੈ ਕੇ ਜਾ ਸਕਦੇ ਨੇ ਸਿਸਟਮ ਨੂੰ, ਠੀਕ ਹੈ, ਸਾਰਾ ਦਿਨ ਜਿਹੜਾ ਉਹ ਆਪਣੇ ਖੇਤਾਂ 'ਚ ਇਸਤੇਮਾਲ ਕਰਨ, ਠੀਕ ਹੈ, ਉਸ ਤੋਂ ਬਾਅਦ ਜਦੋਂ ਖੇਤਾਂ ਨੂੰ ਪਾਣੀ ਲਾਉਣ ਦੀ ਜ਼ਰੂਰਤ ਨਹੀਂ ਉਸ ਤੋਂ ਬਾਅਦ ਇਹ ਘਰ ਬਿਜਲੀ ਵਾਸਤੇ ਵੀ ਇਸਤੇਮਾਲ ਕਰ ਸਕਦੇ ਨੇ। ਇਹ ਦੇਖੋ ਤੁਸੀਂ, ਇਹ ਜੀ ਮੋਟਰ ਲੱਗੀ ਹੈ ਨਾਲ, ਠੀਕ ਹੈ, ਤੁਸੀਂ ਤਾਰ ਦੇਖ ਸਕਦੇ ਹੋ ਜਿਹੜੀ ਆ ਰਹੀ ਹੈ, ਔਰ ਦੇਖੋ ਕਿ ਪਾਣੀ ਕਿੰਨਾ ਜਿਹੜਾ ਨਾ ਉਹ ਕੱਢ ਰਿਹਾ। ਇਹ ਜੀ ਨਾਲ ਨਹਿਰੀ ਖਾਲ ਹੈ, ਨਹਿਰੀ ਖਾਲ ਦਾ ਪਾਣੀ ਆ ਰਿਹਾ। ਇਹ ਹਲੇ ਸੁਬਹਾ ਸੁਬਹਾ ਦਾ ਟਾਈਮ ਹੈ, ਤਕਰੀਬਨ 7 ਵਜੇ ਦਾ ਟਾਈਮ ਹੈ ਸੁਬਹਾ ਦਾ, ਅਤੇ ਜਦੋਂ ਜਿਵੇਂ ਜਿਵੇਂ ਜ਼ਿਆਦਾ ਸੂਰਜ ਦੀ ਰੋਸ਼ਨੀ ਹੋਏਗੀ, ਜ਼ਿਆਦਾ ਹੀਟ ਮਿਲੇਗੀ, ਉਵੇਂ ਉਵੇਂ ਇਹ ਜ਼ਿਆਦਾ ਪਾਣੀ ਜਿਹੜਾ ਨਾ ਖੁੱਲੇਗਾ। ਇਹ ਜੀ ਤੁਹਾਨੂੰ ਵਹਾਨੇ ਸਾਰਾ ਦੇਖੋ, ਇਹ ਜੀ ਇਨਵਰਟਰ ਲਾਇਆ ਇਹਨਾਂ ਨੇ ਜਿਹੜਾ ਕਿ ਬਿਜਲੀ ਨੂੰ ਕੰਟਰੋਲ ਕਰਦਾ, ਕਿ ਕਨਵਰਟ ਕਰਦਾ ਜਿੰਨੀ ਇਲੈਕਟ੍ਰੀਸਿਟੀ ਚਾਹੀਦੀ ਹੁੰਦੀ ਹੈ। ਠੀਕ ਹੈ, ਇਹ ਦੇਖ ਸਕਦੇ ਹੋ ਤੁਸੀਂ, ਔਰ ਕਿਸਾਨਾਂ ਵਾਸਤੇ ਬਹੁਤ ਹੀ ਅੱਛੀ ਗੱਲ ਹੈ, ਬਹੁਤ ਅੱਛੀ ਚੀਜ਼ ਹੈ, ਇਹਦੇ 'ਤੇ ਕਿਸਾਨਾਂ ਨੂੰ ਜਿਹੜਾ ਨਾ ਉਹ ਬਹੁਤ ਫਾਇਦਾ ਮਿਲ ਰਿਹਾ।
ਲਓ ਜੀ, ਅਸੀਂ ਤੁਹਾਡੀ ਉਹਨਾਂ ਕਿਸਾਨਾਂ ਦੇ ਨਾਲ ਗੱਲ ਕਰਾਉਂਦੇ ਹਾਂ ਜਿਨ੍ਹਾਂ ਨੇ ਇਹ ਸਾਰਾ ਅਰੇਂਜ ਕੀਤਾ, ਜਿਨ੍ਹਾਂ ਨੇ ਇਹ ਸੈਟਅਪ ਲਾਇਆ। ਉਹਨਾਂ ਨੂੰ ਪੁੱਛਣਾ ਕਿ ਇਹਦੇ ਉੱਪਰ ਕਿੰਨੀ ਲਾਗਤ ਆਈ ਔਰ ਕੈਸਾ ਤਜਰਬਾ ਯਾਰ। ਅਸਲਾਮ ਵਾਲੇਕੁਮ ਜੀ। ਵਾਲੇਕੁਮ, ਕੀ ਹਾਲ ਚਾਲ ਹੈ ਜੀ? ਠੀਕ ਠਾਕ ਹੋ? ਅੱਛਾ ਸਰ ਜੀ, ਇਹ ਦੱਸੋ ਕਿ ਇਹ ਕਿੰਨੇ ਕੇ ਵੀ ਏ ਦਾ ਸੋਲਰ ਪੈਨਲ ਤੁਸੀਂ ਸਿਸਟਮ ਲਾਇਆ? 580 ਵਾਟ ਦੀ ਹੈ। ਅੱਛਾ, ਲਾਈਆਂ ਨੇ 16 ਪਲੇਟਾਂ। ਅੱਛਾ, 16 ਪਲੇਟਾਂ ਨੇ। 27,000 ਰੁਪਈਏ ਦੀ ਇੱਕ ਪਲੇਟ ਆਈ। 27,000 ਦੀ ਇੱਕ ਪਲੇਟ ਆਈ। ਇਹ ਜ਼ਿਆਦਾ ਸੀ ਲੋਡ, ਅਤੇ ਫਿਰ ਅਸਾਂ 2 ਪਲੇਟਾਂ ਦੇ ਕਨੈਕਸ਼ਨ ਕੱਟ ਦਿੱਤੇ ਨੇ, ਹੁਣ ਇਹ 14 'ਤੇ ਚੱਲਦੀ ਹੈ। ਅੱਛਾ, ਠੀਕ ਹੈ। 14 'ਤੇ ਚੱਲਦੀ ਹੈ ਇਸ ਟਾਈਮ। 14 ਪਲੇਟਾਂ ਨੇ, 27,000 ਦੀ ਇੱਕ ਪਲੇਟ ਆਈ ਹੈ। 4,70,000 ਰੁਪਈਏ ਦੀ ਆ ਟਰਾਲੀ ਗਈ। ਠੀਕ ਹੈ। ਥੱਲੇ ਜਿਹੜਾ ਤੁਸੀਂ ਟਰਾਲੀ ਬਣਾਈ ਹੈ, ਵੀਲ ਵਗੈਰਾ ਲਾਏ ਨੇ, ਸਾਰਾ ਕੁਝ ਹੈ ਨਾ, ਪਲੇਟਾਂ ਤੋਂ ਇਲਾਵਾ ਜਿਹੜੀ ਪਲੇਟਾਂ ਤੋਂ ਇਲਾਵਾ ਕਿੰਨੇ ਪੈਸੇ ਬਣੇ ਉਹ? 4,70,000। 4,70,000 ਅਤੇ ਇਹ ਟੋਟਲ ਕਿੰਨਾ ਖਰਚਾ ਆ ਗਿਆ ਇੱਥੇ? ਟੋਟਲ ਤਕਰੀਬਨ 10,00,000 ਰੁਪਈਆ। ਅੱਛਾ ਜੀ, ਟੋਟਲ ਤਕਰੀਬਨ 10,00,000 ਰੁਪਈਆ ਇਹ ਸਾਰਾ ਖਰਚਾ ਆ ਗਿਆ। ਹੁਣ ਰੇਟ ਇਹਨਾਂ ਦਾ ਕੁਛ ਡਾਊਨ ਹੋਇਆ ਸੀ, 23,000 ਰੁਪਈਏ ਦੀ ਪਲੇਟ ਮਿਲਦੀ। 23,000 ਦੀ ਵੀ ਆ ਰਹੀ ਹੈ ਹੁਣ? ਹਾਂਜੀ, ਠੀਕ ਹੈ, ਸਹੀ ਹੈ। ਅਤੇ ਮੋਟਰ 1,15,000 ਰੁਪਈਏ ਦੀ ਮੋਟਰ। ਮੋਟਰ 1,15,000 ਦੀ, ਠੀਕ ਹੈ। ਅਤੇ ਇਹ ਕਿੰਨੀ ਦੇਰ ਦੇ ਵਿੱਚ ਪੈਲੀ ਭਰ ਜਾਂਦੀ ਹੈ ਇਹਦੇ ਨਾਲ? ਤਕਰੀਬਨ 3 ਘੰਟੇ 'ਚ ਪੈਲੀ ਭਰਦੇ। 3 ਘੰਟੇ 'ਚ ਪੈਲੀ ਭਰ ਜਾਂਦੀ ਹੈ? ਹਾਂਜੀ, ਟਿਊਬਵੈੱਲ ਨਹੀਂ ਇੰਨੀ ਦੇਰ 'ਚ ਭਰਦਾ। ਠੀਕ ਹੈ। ਅੱਛਾ, ਇਹ ਦੱਸੋ ਕਿ ਬਿਜਲੀ ਅਤੇ ਡੀਜ਼ਲ ਨਾਲੋਂ ਇਹ ਕਦਰੇ ਬਿਹਤਰ ਹੈ? ਇਹ ਜੀ ਸਾਡਾ ਤਕਰੀਬਨ ਰੋਜ਼ਾਨਾ ਘੱਟ ਵੀ ਲਾਈਏ ਤਾਂ 5,000-6,000 ਰੁਪਈਏ ਦਾ ਡੀਜ਼ਲ ਜਿਹੜਾ ਨਾ ਉਹ ਅੱਗੇ ਲੱਗਦਾ ਸੀ। ਹਾਂਜੀ, ਉਹ ਹੁਣ ਬੱਚਤ ਆ ਰਹੀ ਹੈ, ਉਹ ਹੁਣ ਬਚਦਾ। ਯਾਨੀ ਇਹਦੇ ਵਿੱਚ ਤੁਸੀਂ ਅਗਰ ਕਿਹਾ ਜਾਏ ਕਿ ਸਾਲ ਦੇ ਵਿੱਚ ਤੁਹਾਡੇ ਪੈਸੇ ਰਿਕਵਰ ਹੋ ਜਾਣਗੇ ਇਨਸ਼ਾਅੱਲਾ। ਠੀਕ ਹੋ ਗਿਆ ਜੀ। ਅੱਛਾ, ਇਹ ਦੱਸੋ ਕਿ ਹੁਣ ਤੁਸੀਂ ਕਿਸਾਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਸਾਡੇ ਕਿਸਾਨ ਨੇ, ਕਿ ਉਹ ਬਿਜਲੀ 'ਤੇ ਕੰਮ ਕਰਨ, ਡੀਜ਼ਲ ਲਾਉਣ ਜਾਂ ਸੋਲਰ ਪੈਨਲ ਵੱਲ ਲਾਉਣ? ਬਿਜਲੀ 'ਤੇ ਵੀ ਜੀ ਹੁਣ ਖਰਚਾ ਬੜਾ ਆਉਂਦਾ, ਬਿਜਲੀ ਦਾ ਵੀ, ਬਿਜਲੀ ਦਾ ਬਿੱਲ ਬਹੁਤ ਜ਼ਿਆਦਾ ਆਉਂਦਾ, ਅਤੇ ਉਹਦੇ ਵਾਸਤੇ ਬਿਹਤਰ ਇਹ ਹੀ ਹੈ ਕਿ ਇਹ ਜਿਹੜਾ ਕੰਮ ਹੈ ਨਾ, ਇਹ ਇੱਕ ਵਾਰੀ ਪੈਸੇ ਲਾ ਲੈਣ। ਹਾਂਜੀ, ਅਤੇ ਫਿਰ 20-25 ਸਾਲ ਦਾ 20-25 ਸਾਲ ਦੀ ਗਰੰਟੀ ਹੈ? ਹਾਂਜੀ, 20-25 ਸਾਲ ਪਲੇਟਾਂ ਨੂੰ ਕੁਛ ਨਹੀਂ ਹੁੰਦਾ, ਪਲੇਟਾਂ ਨੂੰ ਕੁਛ ਨਹੀਂ ਹੁੰਦਾ। ਸਿਰਫ ਮੋਟਰ ਦਾ ਹੋ ਸਕਦਾ, ਮੋਟਰ ਚੇਂਜ ਕਰ ਲੈਂਦਾ ਫਿਰ ਬੰਦਾ, ਚੇਂਜ ਕਰ ਲੈਂਦਾ, ਮੋਟਰ ਦੀ 20 ਸਾਲ ਦੀ ਗਰੰਟੀ। ਸਹੀ। ਅੱਛਾ, ਇਸ ਤੋਂ ਬਾਅਦ ਵੇਖੋ, ਜਦੋਂ ਤੁਸੀਂ ਇਹ ਪਾਣੀ ਦੀ ਨਹੀਂ ਜ਼ਰੂਰਤ ਹੋਣੀ, ਪੈਲੀਆਂ ਭਰ ਜਾਣੀਆਂ ਨੇ, ਅਤੇ ਆਮ ਦਿਨਾਂ 'ਚ ਫਿਰ ਘਰ ਵੀ ਇਸਤੇਮਾਲ ਕਰਦੇ ਹੋ? ਇਸਤੇਮਾਲ ਕਰ ਲੈਂਦਾ। ਠੀਕ ਹੈ, ਉਹ ਵੀ ਫਿਰ ਬਿਜਲੀ ਦੀ ਬੱਚਤ ਹੈ? ਹਾਂਜੀ, ਉਹ ਸਾਰੇ ਘਰ ਦੀ ਬਿਜਲੀ। ਲਓ ਜੀ, ਤੁਸੀਂ ਸੁਣਿਆ, ਡਬਲ ਬੈਨੀਫਿਟ ਹੈ। ਯਾਨੀ ਕਿ ਹੁਣ ਤਾਂ ਪੈਲੀਆਂ ਨੂੰ ਪਾਣੀ ਲਾਇਆ ਨਾ, ਠੀਕ ਹੈ, ਟਿਊਬਵੈੱਲ ਚੱਲ ਰਿਹਾ, ਲੇਕਿਨ ਜਦੋਂ ਪੈਲੀਆਂ ਨੂੰ ਪਾਣੀ ਲਾਉਣ ਦੀ ਜ਼ਰੂਰਤ ਨਹੀਂ ਹੋਣੀ, ਉਸ ਤੋਂ ਬਾਅਦ ਫਿਰ ਜਿਹੜਾ ਉਹ ਘਰ ਇਸਤੇਮਾਲ ਕਰਨਾ, ਘਰ ਜਿਹੜੀ ਬਿਜਲੀ ਹੈ ਪੂਰਾ ਘਰ ਉਹ ਇਹਦੇ 'ਤੇ ਚੱਲਣਾ, ਠੀਕ ਹੈ। ਤੁਸੀਂ ਖੁਦ ਅੰਦਾਜ਼ਾ ਲਾਓ, ਅਤੇ 10,00,000 ਰੁਪਈਆ ਜਿਹੜਾ ਨਾ ਉਹ ਇਸ ਦੌਰ ਦੇ ਵਿੱਚ ਕੁਛ ਵੀ ਨਹੀਂ, ਜਿਹੜੇ ਕਿਸਾਨ ਅਫੋਰਡ ਕਰ ਸਕਦੇ ਨੇ
ਜਿਨ੍ਹਾਂ ਦੀ ਕੋਈ ਇੰਨੀ ਜ਼ਮੀਨ ਹੈ ਉਹਨਾਂ ਨੂੰ ਜ਼ਰੂਰ ਸੋਲਰ ਪੈਨਲ ਵਾਲਾ ਆਉਣਾ ਚਾਹੀਦਾ। ਬਿਜਲੀ ਡੀਜ਼ਲ ਉਹ ਛੱਡ ਦਿਓ, ਠੀਕ ਹੈ, ਉਹ ਨੁਕਸਾਨ ਹੀ ਨੁਕਸਾਨ। ਇਹਨਾਂ ਨੇ ਕਿਹਾ ਕਿ ਸਾਡਾ ਜਿਹੜਾ ਨਾ ਉਹ 3 ਘੰਟੇ 'ਚ ਪੈਲੀ ਭਰ ਜਾਂਦੀ ਹੈ, ਔਰ ਟਿਊਬਵੈੱਲ ਦਾ ਸਾਡਾ ਡੇਲੀ ਦਾ 5-6 ਹਜ਼ਾਰ ਰੁਪਏ ਦਾ ਖਰਚਾ ਆਉਂਦਾ। ਬੱਦਲ ਵਗੈਰਾ ਹੋਏ ਤਾਂ ਫਿਰ ਪੀਟਰ 'ਤੇ ਵੀ ਨਾਲ ਪੀਟਰ ਵੀ ਉਸ ਸਾਈਡ 'ਤੇ ਸੈੱਟ ਹੋ ਸਕਦਾ ਹੈ। ਠੀਕ ਹੈ, ਇਹ ਸਾਹਮਣੇ ਚੱਲ ਰਿਹਾ ਇੱਕ ਹੋਰ ਟਿਊਬਵੈੱਲ, ਉਹ ਪੀਟਰ 'ਤੇ ਵੇ ਡੀਜ਼ਲ 'ਤੇ ਵੇ ਉਧਰ ਚੱਲ ਰਿਹਾ, ਪੀਟਰ ਰੱਖਿਆ ਜਾ ਸਕਦਾ, ਇਹਦੇ 'ਤੇ ਵੀ ਰੱਖਿਆ ਜਾ ਸਕਦਾ ਸਾਈਡ 'ਤੇ ਨਾ, ਉਹ ਪੀਟਰ ਵੀ ਰੱਖਿਆ ਜਾ। ਅਗਰ ਮੌਸਮ ਖਰਾਬ ਹੈ, ਸੂਰਜ ਨਹੀਂ ਇੰਨਾ ਨਿਕਲਿਆ, ਤਾਂ ਫਿਰ ਤੁਸੀਂ ਇਸਤੇਮਾਲ ਕਰ ਸਕਦੇ। ਉਮੀਦ ਹੈ ਕਿ ਤੁਹਾਨੂੰ ਸਾਡੀ ਅੱਜ ਦੀ ਜਿਹੜੀ ਇਨਫੋਰਮੇਟਿਵ ਵੀਡੀਓ ਹੈ ਬਹੁਤ ਪਸੰਦ ਆਏਗੀ, ਔਰ ਜਿਹੜੇ ਕਿਸਾਨ ਨੇ ਉਹ ਬਿਜਲੀ ਔਰ ਡੀਜ਼ਲ ਇਸਤੇਮਾਲ ਕਰਨ ਦੀ ਬਜਾਏ ਸੋਲਰ ਪੈਨਲ ਦਾ ਇਸਤੇਮਾਲ ਕਰਨਗੇ ਔਰ ਫਾਇਦਾ ਉਠਾਉਣਗੇ। ਲਓ ਜੀ, ਅੱਜ ਵਾਸਤੇ ਇੰਨਾ, ਬਹੁਤ ਸ਼ੁਕਰੀਆ, ਅੱਲਾ ਹਾਫਿਜ਼।